ਹਾਂਜੀ ਬਲਕਾਰ ਸਿੰਘ ਜੀ। ਇਹ ਸਰ ਡੈਥ ਹੈ ਮੇਰੇ ਭਾਣਜਾ ਜੀ ਭੈਣ ਦਾ ਮੁੰਡਾ ਜੀ। ਹਾਂਜੀ ਕੀ ਹੋਇਆ? ਹੋਇਆ ਕਿ ਸਰ ਇਸ ਤਰ੍ਹਾਂ ਵੀ ਇੱਥੇ ਚੰਡੀਗੜ੍ਹ ਕੰਮ ਕਰਦੇ ਆ ਜੀ, ਠੀਕ ਹੈ, ਉਹਦੇ ਚਾਚੇ ਜੀ ਨਾਲ, ਅਤੇ ਉੱਥੋਂ ਆਇਆ ਕਿਤੇ ਘਰੇ ਮਿਲਣ ਮੁੰਡਾ ਆਇਆ, ਅਤੇ ਕੁੜੀ ਨੇ ਫੋਨ ਕੀਤਾ, ਘਰਦਿਆਂ ਨੇ ਕਰਾਇਆ ਫੋਨ ਕਰਕੇ, ਘਰ ਬੁਲਾਇਆ ਨੇ, ਉੱਥੋਂ ਬੁਲਾ ਕੇ ਬਾਹਰ ਮੋਟਰ 'ਤੇ ਲੈ ਗਏ ਨੇ, ਉੱਥੋਂ ਕੁੱਟਮਾਰ ਕਰਕੇ ਮੋਬਾਈਲ ਵੀ ਨਾ ਖੋਲਿਆ ਨੇ, ਕੁੱਟਮਾਰ ਕਰਕੇ ਉੱਥੇ ਪੁਲ 'ਤੇ ਸੱਟੇ ਨੇ। ਜਦੋਂ ਇਹਨਾਂ ਘਰਦਿਆਂ ਨੂੰ ਪਤਾ ਲੱਗਿਆ ਵੀ ਉੱਥੇ ਤੁਹਾਡਾ ਮੁੰਡਾ ਪਿਆ ਹੈ, ਉਹਦੇ 'ਚ ਕੋਈ ਸਾਥ ਸੱਥ ਨਹੀਂ ਗਾ ਸੀ, ਮੁੱਕਿਆ ਸੀ ਬਸ। ਇਸ ਤਰ੍ਹਾਂ ਦੇ ਨਿਸ਼ਾਨ ਪਾਏ ਗਏ? ਨਿਸ਼ਾਨ ਸਾਰੇ ਪਾਸੇ ਨਲਾਂ ਦੇ ਵਿੱਚ ਨਿਸ਼ਾਨ ਹੈਗਾ ਜੀ, ਸਿਰ 'ਤੇ ਸੱਟਾਂ ਲੱਗੀਆਂ, ਚਾਰ ਚੁਫੇਰੇ ਸਾਰੀ ਕੰਢ ਵੀ ਦੇਖੀ, ਡਾਕਟਰ ਨੇ ਆਪ ਦੇਖੀ, ਸਾਰੀਆਂ ਗੁੱਝਾਂ ਸੱਟੇ ਲੱਗੇ ਪੂਰੀ ਤਰ੍ਹਾਂ ਜੀ, ਆਪਦੇ ਵੱਲੋਂ ਨਾ ਮਾਰ ਕੇ ਸੱਟਤਾ ਜੀ। ਕੀ ਨਾਂ ਤੁਹਾਡਾ ਜੀ? ਬੂਟ ਸਿੰਘ ਜੀ। ਬੂਟ ਸਿੰਘ ਕਿੱਥੋਂ ਦੇ ਰਹਿਣ ਵਾਲੇ ਜੀ? ਅਸੀਂ ਮੱਲਾ ਰੀਮੇਕ ਤਾੜ ਔਰ ਸੱਦਰ ਕੇ ਬ੍ਰੈਕਟ 'ਚ। ਇਹ ਕੀ ਲੱਗਦਾ ਜੀ? ਇਹ ਮੇਰਾ ਲੜਕਾ ਵੱਡਾ। ਕਿੰਨੀ ਉਮਰ? 23 ਸਾਲ। ਕੀ ਨਾਂ ਸੀ? ਗੁਰਪ੍ਰੀਤ ਸਿੰਘ। ਕੀ ਹੋਇਆ ਸੀ ਜਿਹੜੀ ਜਦੋਂ ਡੈਡ ਬੋਡੀ ਚੱਕੀ ਸੀ? ਹੋਣਾ ਕੀ ਸੀ, ਇਹ ਜਾਂਦਾ ਸੀ ਮਾੜਾ ਮੋਟਾ ਕੁੜੀ ਦਾ ਚੱਕਰ ਸੀ, ਉਹ ਘਰੇ ਬੁਲਾਇਆ ਅਤੇ ਘਰੇ ਉਹਨੇ ਬੁਲਾ ਕੇ ਕੁੱਟਮਾਰ ਕੀਤੀ, ਕੁੱਟਮਾਰ ਕਰਕੇ ਮੋਟਰਸਾਈਕਲ 'ਤੇ ਲੱਦ ਕੇ ਸੜਕ ਦੇ ਮਣੇ ਦੇ ਸਿੱਟ ਗਏ। ਘਰੇ ਆਇਆ ਸੀਗਾ ਅਤੇ ਗਿਆ ਕਿਤੇ ਕੰਮ ਸੀ? ਹਾਂ ਗਿਆ ਕੰਮ ਸੀ। ਅਤੇ ਜਦੋਂ ਪਤਾ ਨਹੀਂ ਲੱਗਿਆ ਜਦੋਂ ਵਾਪਸ ਨਹੀਂ ਆਇਆ? ਹਾਂ ਫਿਰ ਲੱਭਦੇ ਲਫੇਰੇ ਤਾਂ ਲੱਭਿਆ। ਅਤੇ ਕਿੱਥੇ ਪਈ ਸੀ? ਉੱਥੇ ਪੁਲ ਦੇ ਨਾਲ ਹੇਠਲੇ ਪਾਸੇ ਪਿੰਡ ਦੇ। ਉਹਨਾਂ ਦੇ ਪਿੰਡ ਦੇ? ਨਹੀਂ ਨਹੀਂ, ਦੂਜੇ ਪਿੰਡ ਦੇ। ਅੱਛਾ। ਅਤੇ ਕੀ ਕੁੜੀ ਦਾ ਕੀ ਨਾਂ ਸੀ? ਇਹਨਾਂ ਬੁਲਾ ਉਹਦਾ ਨਾਂ ਦਾ ਨਹੀਂ ਪਤਾ। ਮੁੰਡੇ ਉਹਨਾਂ ਦਾ ਪਿਓ ਦਾ ਨਾਮ ਨਹੀਂ ਪਤਾ? ਪਿਓ ਦਾ ਨਾਂ ਪ੍ਰੇਮ ਸਿੰਘ ਸੀ। ਕਿੱਥੋਂ ਦੇ ਰਹਿਣ ਵਾਲੇ ਨੇ? ਉਹ ਚੱਕ ਬਾਈ ਚਾਂਗਾ ਟਾਂਗਣ। ਅੱਛਾ, ਉਹਦੇ ਕੁੜੀ ਨਾਲ ਚੱਕਰ? ਹਾਂਜੀ। ਅਤੇ ਹੁਣ ਕੀ ਹੋਇਆ ਡੈਡ? ਹੁਣ ਸੱਟਾਂ ਲੱਗੀਆਂ ਹੋਈਆਂ ਇਹਦੇ ਅਜੇ। ਕਿੰਨੀਆਂ ਕੁ ਮਾਰੀਆਂ ਨੇ ਸੱਟਾਂ? ਸੱਟ ਬਾਹਲੀਆਂ ਜ਼ਿਆਦਾ ਹੀ ਲੱਗੀਆਂ ਹੋਈਆਂ। ਕੀ ਕੀਤਾ? ਮਾਰਿਆ? ਮਾਰਿਆ, ਖਿੱਚੇ ਨਾਲ ਵੀ ਖਿੱਚਦੇ ਰਹੇ ਆ, ਨਿੱਕਰ ਵੀ ਪੁੱਠੀ ਪਾਈ ਹੋਈ ਆ, ਇੱਕ ਸਿਰ 'ਚ ਸੱਟ ਮਾਰੀ ਨੇ ਮਾਰ ਕੁੱਟ ਕੇ। ਹਾਂਜੀ। ਹੁਣ ਕੀ ਮੰਗਦੇ? ਸਾਡੀ ਮੰਗ ਇਨਸਾਫ ਸਾਨੂੰ ਮਿਲਣਾ ਚਾਹੀਦਾ, ਉਹਨਾਂ ਦਾ ਪਰਚਾ ਹੋਣਾ ਚਾਹੀਦਾ। ਨਿਆਣਾ ਜਿੰਨੇ ਨਾਲ ਚਾਚੇ ਤਾਏ ਵੀ ਕਹਿੰਦੇ ਨਾਲ ਲੱਗੇ ਰਹਿਣੇ, ਅਸੀਂ ਤਾਂ ਇਹੀ ਇਨਸਾਫ ਮੰਗਦੇ ਹਾਂ। ਇੱਕ ਯੰਗ ਬੰਦੇ ਡੈਡ ਬੋਡੀ ਆਈ ਹੈ ਗੁਰਪ੍ਰੀਤ ਨਾਂ ਦੀ, ਉਹਦਾ ਡੈਥ ਘਰ ਦੇ ਵਿੱਚ ਡੈਥ ਹੋਈ ਹੈ, ਉਹ ਉਹਦੇ ਵਿੱਚ ਨਾ ਥੋੜ੍ਹੀ ਨਾ ਉਹ ਹੈਗੀ ਹੈ, ਥੋੜ੍ਹੀ ਕਨਫਿਊਜ਼ਨ ਜਿਹੀ ਹੈਗੀ ਹੈ, ਤਾਂ ਕਰਕੇ ਉਹਨੂੰ ਫਰੀਦਕੋਟ ਰੈਫਰ ਕੀਤਾ। ਕੁੱਟਮਾਰ ਦੇ ਨਿਸ਼ਾਨ ਉਹਦੇ 'ਚ ਹੈ? ਕੁੱਟਮਾਰ ਦੇ ਨਿਸ਼ਾਨ ਜਾਂ ਫਿਰ ਐਕਸੀਡੈਂਟ ਦੇ ਨਿਸ਼ਾਨ, ਕੋਈ ਹੋਰ ਦੇ ਨਿਸ਼ਾਨ, ਉਹ ਤਾਂ ਹੀ ਕਰਕੇ ਉਹਨੂੰ ਰੈਫਰ ਕੀਤਾ, ਫਰੀਦਕੋਟ ਰੈਫਰ ਕੀਤਾ। Subscribe to our YouTube channel News DNN by clicking the bell icon. Don't forget to like, comment and share.